ਹੋਰ ਜੇ ਆਪਾਂ ਗੱਲ ਕਰੀਏ ਹੋਰ ਇਲਾਕਿਆਂ ਦੀ, ਪੰਜਾਬ ਦੀ ਹੋਰ ਇਲਾਕਿਆਂ ਦੀ ਗੱਲ ਕਰੀਏ, ਉਹ ਕਿੱਥੇ ਇੰਪੈਕਟ ਪਾਉਂਦੇ ਨੇ? ਨਾਲ ਨਾਲ ਜਿਵੇਂ ਜੋ ਨਵਜੋਤ ਸਿੰਘ ਸਿੱਧੂ ਕਹਿ ਰਹੇ ਹੈਗੇ ਨੇ, ਜੋ ਰੂਸ ਦੀ ਉਹ ਗੱਲ ਕਰ ਰਹੇ ਨੇ, ਉਹ ਕਿੰਨੇ ਕੁ ਮਦਦਗਾਰ ਜਿਹੜੇ ਹੈ ਤੁਹਾਡੇ ਹਿਸਾਬ ਨਾਲ ਉਹ ਸਾਬਿਤ ਹੋਣਗੇ? ਜੀ ਕਿਸੇ ਮੰਤਰੀ ਨੇ ਇੰਨੀ ਹਿੰਮਤ ਨਹੀਂ ਸੀ ਕੀਤੀ। ਦਿਲ ਦੀ ਗੱਲ ਹੈ, ਪਹਿਲਾ ਮੰਤਰੀ ਹੈ ਜਿਹਨੇ ਸਾਡੇ ਨਾਲ 7-7 ਘੰਟੇ ਬੈਠ ਕੇ ਮੀਟਿੰਗਾਂ ਕੀਤੀਆਂ। ਚਲੋ ਉਹਨੇ ਸੋਚਿਆ ਤਾਂ ਸਹੀ, ਜਦੋਂ ਹੋਊਗਾ ਨਾ ਹੋਊਗਾ ਦੈਟ ਇਜ਼ ਡਿਫਰੈਂਟ ਸਟੋਰੀ। ਡਿਬੇਟ ਦਾ ਕਲਚਰਲ ਪਾਲਿਸੀ, ਹੀ ਡਿਡ ਆਲ ਦਾ ਥਿੰਗਸ। ਇਹ ਗੱਲ ਮੈਂ ਸਾਂਝੀ ਕਰੂੰਗਾ, ਦੋ ਗੱਲਾਂ। ਪਹਿਲੀ ਗੱਲ ਤਾਂ ਜੇ ਅਸੀਂ ਬਦਲ ਦੀ ਗੱਲ ਕਰੀਏ ਥੋੜ੍ਹਾ ਬਹੁਤ, ਜਿਹਦੀ ਅਸੀਂ ਚਰਚਾ ਕਰਨ ਲੱਗੇ, ਇਹ ਬਦਲ ਸਰਕਾਰ ਦੇ ਕਹਿਣ ਨਾਲ ਨਹੀਂ ਆਇਆ। ਇਹ ਜਿਹੜੀ ਅਸੀਂ ਜਿਵੇਂ ਸੁੱਖੀ ਭੈਣ ਜੀ ਗੱਲ ਕਰ ਰਹੇ ਹਾਂ ਜਾਂ ਹਰਦੀਪ ਭਾਅ ਜੀ ਗੱਲ ਕਰ ਰਹੇ, ਤਰਲੋਚਨ ਭਾਅ ਜੀ ਗੱਲ ਕਰ ਰਹੇ, ਗਰਾਊਂਡ ਲੈਵਲ 'ਤੇ ਜਾ ਕੇ ਜਿਹਨਾਂ ਮਾਸਿਸ 'ਚ ਜਾ ਕੇ ਜਿਹੜੇ ਸੈਮੀਨਾਰ ਹੁੰਦੇ ਹੈ ਜਾਂ ਉੱਥੇ ਸਿਹਤ ਸਭਾਵਾਂ, ਇਸ ਵਿਸ਼ੇ 'ਤੇ ਚਰਚਾ ਕਰਦੀਆਂ ਨੇ, ਉਹਦੇ ਨਾਲ ਵੱਲ ਆਉਣਾ ਸ਼ੁਰੂ ਹੋਇਆ, ਚਾਹੇ 1% ਜਾਂ 2% ਆਇਆ। ਜੇ ਅਸੀਂ ਗੱਲ ਸਰਕਾਰ ਦੀ ਕਰੀਏ, ਸਰਕਾਰ ਕਿਉਂ ਜਾਗੀ? ਉਦੋਂ ਵੀ ਸਰਕਾਰ ਨੂੰ ਜਾ ਕੇ ਮਟਕਾ ਚੌਂਕ ਧਰਨੇ ਹੁੰਦੇ ਰਹੇ, ਉਦੋਂ ਜੇ ਇਹ ਪੈਰੇਸੀ ਦੇ ਖਿਲਾਫ਼ ਜਾਂ ਗੁੰਡਾ ਦੀਆਂ ਗੱਲਾਂ ਅਸੀਂ ਲੋਕ ਕਰਦੇ ਸੀ, ਕਰ ਦਿੰਦੇ ਆ ਦਿਨ ਨਾਲ ਸਰਕਾਰ ਨੂੰ ਗੁਨਾਹਗਾਰ ਠਹਿਰਾਉਣਾ ਠੀਕ ਰਹੂਗਾ ਜੀ? ਬਿਲਕੁਲ। ਦੇਖੋ ਅਸੀਂ ਪਿੱਛੇ ਕੱਲਾ ਮੈਂ ਨੀ ਜਾਂ ਕੱਲਾ ਸੁੱਖੀ ਭੈਣ ਜੀ ਨੀ, ਜਿੰਨੀਆਂ ਸਾਹਿਤਕ ਸਭਾਵਾਂ, ਜਿੰਨੇ ਕਲੱਬ ਨੇ, ਹੋਰ ਨੇ, ਉਹ ਤਾਂ ਪਿੰਡਾਂ 'ਚ ਹੀ ਬੈਠੇ ਨੇ। ਅਸੀਂ ਸਾਰਿਆਂ ਨੂੰ ਹੋਕਾ ਦਿੰਦੇ ਹਾਂ ਹਰ ਗੱਲ ਕਿ ਤੁਸੀਂ ਆਪਾਂ ਜਾ ਕੇ ਉੱਥੇ ਲੋਕਾਂ ਨੂੰ ਸਮਝਾਓ। ਲੋਕ ਤਾਂ ਆਪਣੇ 'ਚ ਹੀ ਨੇ ਨਾ, ਸਰਕਾਰ ਕੀ ਹੈ? ਇਹ ਸਰਕਾਰ ਬੈਠੀ ਹੈ, ਠੀਕ ਹੈ, ਆਪਾਂ ਸਰਕਾਰ ਆ ਨਾ। ਹਾਂ, ਇਹ ਜਿਵੇਂ ਘੁਮਾਰ ਜੀ ਨੇ ਕਿਹਾ ਕਿ ਅਸੀਂ ਹੋਕਾ ਦੇਣ ਚੱਲੇ, ਉਹਨਾਂ ਨੇ ਅਗਾਂਹ ਆਰਡਰ ਕਰਦੇ ਹਾਂ। ਹੁਣ ਸਰਕਾਰ ਨੇ ਅੱਜ ਤੋਂ ਪ੍ਰੋਗਰਾਮ ਸ਼ੁਰੂ ਕੀਤਾ, ਸ਼ਾਇਦ ਇੱਕ ਵਿਰਸਾ ਸੰਭਾਲ ਪੰਜਾਬੀ ਆ, ਵਿਰਸਾ ਸੰਭਾਲ ਪੰਜਾਬੀ ਆ, ਟਾਈਟਲ ਬਹੁਤ ਵਧੀਆ ਲੱਗਦਾ ਹੈ। ਜੇ ਹੁਣ ਉਹ ਸਹੀ ਤਰੀਕੇ ਨਾਲ ਜਿਵੇਂ ਉਹਨਾਂ ਦਾ ਕੋਈ ਬਣਾਇਆ ਹੋਊਗਾ, ਨੀਤੀ ਬਣਾਈ, ਉਹਨੂੰ ਇੰਪਲੀਮੈਂਟ ਕੀਤਾ ਜਾਵੇ, ਉਹ 'ਚ ਇਹੀ ਇਹਨਾਂ ਦਾ ਕਿ ਪਿੰਡਾਂ ਤੱਕ ਜਾਵਾਂਗੇ ਅਸੀਂ, ਜੋ ਜਿੰਨਾ ਮੈਨੂੰ ਮੈਂ ਅਖਬਾਰ 'ਚ ਪੜ੍ਹਿਆ, ਉਹ ਜਾਵੇ ਸੰਸਥਾਵਾਂ ਕਰਨ। ਮੈਂ ਪਰਸੋਂ ਵੀ ਇੱਕ ਜਗ੍ਹਾ ਬੋਲ ਕੇ ਆਇਆ ਕਿ ਇੱਕ ਸਾਲ ਆਪਾਂ ਇਸ ਗੱਲ ਦੇ ਲੇਖੇ ਲਾਈਏ, ਗੱਲ ਲੱਚਰਤਾ ਦੀ ਜਾਂ ਅਸੀਂ ਨਗੇਜਬਾਦ ਦੀ ਛੱਡ ਕੇ ਸਿੱਧਾ ਬਹਿਸ ਨੂੰ ਛੱਡ। ਹਰਦੀਪ ਜੀ ਤੁਹਾਡੇ ਤੋਂ ਮੈਂ ਜਾਣਨਾ ਚਾਹੁੰਦਾ, ਤੁਸੀਂ ਕੀ ਸਮਝਦੇ ਕੌਣ ਗੁਨਾਹਗਾਰ ਹੈਗਾ? ਜਿਹੜਾ ਲਿਖਦਾ ਹੈਗਾ ਉਹ ਗੁਨਾਹਗਾਰ ਹੈ, ਜਿਹੜਾ ਗਾਉਂਦਾ ਉਹ ਗੁਨਾਹਗਾਰ ਹੈ, ਜਿਹੜੇ ਪ੍ਰੋਡਿਊਸ ਕਰਦੇ ਨੇ ਉਹ ਗੁਨਾਹਗਾਰ ਨੇ, ਜਾਂ ਜਿਹੜੇ ਚਲਾਉਂਦੇ ਨੇ ਉਹ ਗੁਨਾਹਗਾਰ ਨੇ, ਜਾਂ ਜਿਹੜੇ ਸੁਣਦੇ ਨੇ ਉਹ ਗੁਨਾਹਗਾਰ? ਜਿਹੜੀ ਚੀਜ਼ ਆਉਂਦੀ ਹੈ ਆਉਂਦੀ ਤੇ ਪਰੋਸ ਕੇ ਹੀ ਆ ਨਾ। ਚਾਰ ਜੇ ਬੰਦੇ ਆ ਤੇ ਤੁਸੀਂ ਨਾਲ ਏ, ਚਾਰੇ ਗੁਨਾਹਗਾਰ ਨੇ, ਪਹਿਲਾਂ ਗਾਉਣ ਵਾਲਾ, ਪਹਿਲਾਂ ਗਾਉਣ ਵਾਲਾ ਤੇ ਲਿਖਣ ਵਾਲਾ ਵੀ ਗੁਨਾਹਗਾਰ, ਜਿਹਦੇ ਮਿਊਜ਼ਿਕ ਦੇਣਾ ਉਹ ਵੀ ਗੁਨਾਹਗਾਰ ਹੈ। ਜਿਹੜੀ ਕਿਤੇ ਨਾ ਕਿਤੇ ਜਿਹੜੇ ਗਾ ਰਹੇ ਨੇ ਗੀਤ, ਸਿੰਗਰਸ ਨੂੰ ਬਲੇਮ ਕਰਨ ਤੋਂ ਪਹਿਲਾਂ ਆਪਾਂ ਨੂੰ ਉਹਨਾਂ ਨੂੰ ਨਹੀਂ ਬਲੇਮ ਕਰਨਾ ਚਾਹੀਦਾ, ਉਹਨਾਂ ਤੇ ਕੋਈ ਐਕਟ ਜਿਹੜਾ ਹੈ ਉਹ ਨਹੀਂ ਲਗਾਉਣਾ ਚਾਹੀਦਾ। ਕਿ ਜਿਵੇਂ ਕਮੇਟੀ ਦੀ ਵੀ ਆਪਾਂ ਗੱਲ ਕਰੀਏ, ਨਾ ਜੀ ਟਾਈਮ ਉਹਨਾਂ ਅੱਜ ਦੀ ਡੇਟ 'ਚ 25% ਤੇ ਜੋ ਹੁੰਦਾ ਅਸੀਂ ਮੀਡੀਆ 'ਚ ਵਾਚ ਕਰ ਰਹੇ ਹਾਂ, ਕਿਉਂ ਤਰਲੋਚਨ ਜੀ ਥੋੜ੍ਹਾ ਜਿਹਾ ਫਰਕ ਪਿਆ? ਦੇਖੋ ਮੇਰੇ ਹਿਸਾਬ ਨਾਲ ਇੱਕ ਚੈਨਲ ਨੂੰ, ਇੱਕ ਜ਼ਿੰਮੇਵਾਰ ਚੈਨਲ ਨੂੰ ਕਹਿਣਾ ਪਿਆ ਕਿ ਅਸੀਂ ਇੱਦਾਂ ਦੇ ਗਾਣੇ ਨਹੀਂ ਚਲਾਵਾਂਗੇ। ਸਾਡੇ ਕੋਲ ਲੋਕੀ ਗੱਲਾਂ ਕਰਦੇ ਆ ਕਿ ਅੱਜ ਮੈਂ ਤੁਹਾਨੂੰ ਦੱਸਿਆ ਕਿ ਇੱਕ ਬੰਦੇ ਦਾ ਫੋਨ ਆਇਆ ਕਿ ਕੱਲ੍ਹ ਨੂੰ ਇੱਕ ਵੀਡੀਓ ਸ਼ੂਟ ਕਰਨ ਲੱਗਿਆ, ਭਾਅ ਜੀ ਇੱਦਾਂ ਦਾ ਗਾਣਾ। ਮੈਂ ਕਿਹਾ ਮੈਨੂੰ ਸੁਣਾ ਦਿਓ। ਮੈਂ ਕੋਈ ਜ਼ਿੰਮੇਵਾਰ ਬੰਦਾ ਤਾਂ ਹੈ ਨਹੀਂ ਕਿ ਮੈਂ ਸਿਲੈਕਟ ਕਰਨਾ, ਡਰ ਤਾਂ ਆਏ। ਜੇ ਸਰਕਾਰ ਇੱਕ ਕਮਿਸ਼ਨ ਦੀ ਗੱਲ ਕਰਦੀ ਹੈ, ਸਾਨੂੰ ਉਸ ਕਮਿਸ਼ਨ ਦਾ ਇੱਕ ਵਾਰੀ ਜਿਵੇਂ ਮੈਂ ਕਿਹਾ ਸੀ ਸਵਾਗਤ ਕਰਨਾ ਚਾਹੀਦਾ, ਉਹਦੇ 'ਚ ਉਹ ਕੀ ਲੈ ਕੇ ਆਉਂਦੇ ਨੇ, ਕੀ ਏਜੰਡਾ ਲੈ ਕੇ ਆਉਂਦੇ ਨੇ, ਹੈਗੀ ਨਾ ਇਕੱਲੀ, ਮਤਲਬ ਸਾਡੀ ਸੰਸਥਾ ਜਾਂ ਤੁਹਾਡਾ ਚੈਨਲ ਪੰਜਾਬੀ ਵਾਸਤੇ ਕੰਮ ਨਹੀਂ ਕਰ ਰਿਹਾ, ਪੂਰੀ ਦੁਨੀਆ ਕਿੰਨਾ ਕੁਛ ਹੈ। ਇਹਨਾਂ ਦੀ ਤਾਰੀਫ ਨਹੀਂ ਕਰ ਰਿਹਾ ਘੁਮਾਨ ਸਾਹਿਬ ਨੇ, ਤਲੋਚੇ ਜੀ ਬਾਹਰ ਵਾਸਤੇ ਪੰਜਾਬੀ ਦਾ ਪ੍ਰੋਗਰਾਮ ਬਣਾਇਆ, ਪਹਿਲੇ ਇਹਨਾਂ ਦੇ ਜਿਹੜੇ 20 ਕਲਾਕਾਰ ਬੁਲਾਏ ਨਾ ABC ਕੋਈ ਵੀ, ਉਹਨਾਂ ਦੇ ਗਾਣੇ ਪਹਿਲਾਂ ਉਹਨਾਂ ਨੇ ਆਪ ਸੁਣੇ, ਕਿਉਂਕਿ ਆਪਾਂ ਕਹਿੰਦੇ ਆਪਣਾ ਵਿਰਸੇ ਨੂੰ ਭੇਜਣਾ ਬਾਹਰ ਪੰਜਾਬੀ ਮਾਂ ਬੋਲੀ ਦੇ। ਸ਼ੁਰੂ ਤੋਂ ਹੀ ਇਹ ਕੰਮ ਹੋ ਜਾਂਦਾ, ਕੰਮ ਹੁੰਦਾ ਹੀ ਨਾ ਖਰਾਬ। ਪੰਜਾਬੀ ਦੀ ਗੱਲ ਕਰੀਏ, ਪੰਜਵੇਂ ਤਰਲੋਚ ਜੀ ਨੇ ਕਿਹਾ ਬਹੁਤ ਵਧੀਆ ਗੱਲ ਹੈ ਕਿ ਅੱਜ ਜੇ ਮਸ਼ਹੂਰ ਹੋਣਾ ਹੋਵੇ
ਜਾਂ ਦੁਬਾਰਾ ਮਸ਼ਹੂਰ ਹੋਣਾ ਹੋਵੇ ਮੇਰੇ ਵਾਂਗੂ ਤਾਂ ਮਤਲਬ ਪੰਜਾਬੀ ਦੀ ਗੱਲ ਕਰ ਲਓ ਜਾਂ ਲੱਚਰਵਾਦ ਦੀ ਗੱਲ ਕਰ ਲਓ, ਬੜੇ ਮਸ਼ਹੂਰ ਜੇ ਇਹ ਦੋ ਵਿਸ਼ੇ ਨੇ, ਪਰ ਇਹਦੇ ਚ ਸਿਰਦਤਾ ਨਾਲ ਕੌਣ ਕਰਦਾ? ਮੈਂ ਤਰਲੋਚਨ ਉਹਨਾਂ ਦੀ ਸੰਸਥਾ ਦੀ ਤਾਰੀਫ ਨਹੀਂ ਕਰਦਾ, ਜਦੋਂ ਮੈਂ 17 ਸੈਕਟਰ ਦੇ 21 ਤਰੀਕ ਨੂੰ ਸੀਗਾ ਉੱਥੇ ਦੇਖਿਆ ਜਾ ਕੇ ਕਿ ਚੰਡੀਗੜ੍ਹ ਦੇ ਵਿੱਚ ਬਹਿ ਕੇ ਚੰਡੀਗੜ੍ਹ ਪੰਜਾਬੀ ਦੀ ਗੱਲ ਕਰ, ਸਿਰਤਾ ਨਾਲ ਕੌਣ ਕਰਦਾ? ਉਹ ਤਰ੍ਹਾਂ ਦੀ ਲੋੜ ਹੈ ਤੁਸੀਂ ਕਿਵੇਂ ਸਮਝਦੇ? ਜਿਵੇਂ ਨਵੀਂ ਟੈਕਨੋਲੋਜੀ ਆ ਗਈ, ਸੋਸ਼ਲ ਮੀਡੀਆ ਆ ਗਿਆ, ਇੰਟਰਨੈਟ ਆ ਗਿਆ, ਮਲਟੀਕਲਚਰਲ ਚੀਜ਼ਾਂ ਆ ਗਈਆਂ, ਕੀ ਇਹ ਵੀ ਸਾਡੇ ਕਲਚਰ ਵਾਸਤੇ ਥ੍ਰੈਟ ਹੈਗੀਆਂ ਨੇ? ਨਹੀਂ, ਥ੍ਰੈਟ ਵੀ ਨੇ ਅਤੇ ਫਾਇਦੇ 'ਚ ਵੀ ਹੈ। ਜੇ ਇਹ ਨੈੱਟ 'ਤੇ ਚੰਗੀ ਗਾਇਕੀ ਜਾਏਗੀ, ਪੰਜਾਬ ਦਾ ਵਿਰਸਾ ਜਾਊਗਾ, ਅਤੇ ਕਨੇਡਾ ਅਮੈਰੀਕਾ 'ਚ ਬੈਠੇ ਸਾਡੇ ਬੱਚੇ ਨੂੰ ਦੇਖ ਕੇ ਸੇਧ ਲੈਣਗੇ, ਅਤੇ ਜੇ ਉਹਦੇ 'ਚ ਗੰਦ ਮੰਦ ਜਾਊਗਾ ਅਤੇ ਸੋਚਣਗੇ ਪੰਜਾਬ। ਸੋਸ਼ਲ ਮੀਡੀਆ ਦੀ ਆਪਾਂ ਭੂਮਿਕਾ ਕਿਵੇਂ ਤੈਅ ਕਰਾਂਗੇ, ਉਸਦੇ ਉੱਤੇ ਆਪਾਂ ਕਿਵੇਂ ਨੱਥ ਪਾਵਾਂਗੇ? ਸੋਸ਼ਲ ਮੀਡੀਆ 'ਤੇ ਅਸੀਂ ਨੱਥ ਨਹੀਂ ਪਾ ਸਕਦੇ, ਪਰ ਘੱਟੋ ਘੱਟ ਸੋਸ਼ਲ ਮੀਡੀਆ 'ਤੇ ਅਸੀਂ ਪੰਜਾਬੀ ਗਾਇਕੀ, ਪੰਜਾਬੀ ਗੀਤਕਾਰੀ, ਪੰਜਾਬੀ ਸੱਭਿਆਚਾਰ, ਪੰਜਾਬੀ ਦੇ ਜਿਹੜੇ ਪ੍ਰੋਗਰਾਮ ਨੇ ਉਹ ਜੇ ਸਵਾਰ ਕੇ ਸ਼ਿੰਗਾਰ ਕੇ ਚੰਗੇ ਭੇਜਾਂਗੇ ਤੇ ਉਹ ਪਲੇਟਫਾਰਮ ਸਾਡੇ ਲਈ ਬਹੁਤ ਵਧੀਆ। ਜੀ ਬਹੁਤ ਸਾਰੇ ਇਹੋ ਜਿਹੇ ਗੀਤਕਾਰ ਅੱਜ ਕੱਲ੍ਹ ਬਹੁਤ ਚਰਚਾ ਦੇ ਵਿਚ ਆ ਰਹੇ ਹਨ, ਸੋਸ਼ਲ ਮੀਡੀਆ ਦੇ ਉੱਤੇ ਹੀ ਬਹੁਤ ਚਰਚਾ ਦੇ ਵਿਚ ਆ ਰਹੇ ਨੇ, ਜਿਹਨਾਂ ਨੂੰ ਕਿਸੇ ਕੰਪਨੀ ਦੀ ਲੋੜ ਨਹੀਂ ਹੈਗੀ, ਉਹ ਆਪਣੇ ਗੀਤ 4 ਲਫ਼ਜ਼ਾਂ ਦੇ ਵਿੱਚ ਗਾਉਂਦੇ ਨੇ, ਉਹ ਪਾ ਦਿੰਦੇ ਨੇ, ਉਹ ਸੁਣ ਰਹੇ ਹੈਗੇ ਨੇ। ਦੇਖੋ ਦੇਖੋ ਫਿਰ ਉਹੀ ਉੱਥੇ ਆ ਜਾਂਦਾ, ਮੈਂ ਕਹਿੰਦਾ ਤੁਸੀਂ ਜੇ ਮੈਂ ਜੇ ਕੋਈ ਚੰਡੀਗੜ੍ਹ ਬੈਠਾ, ਕੋਈ ਅੰਬਾਲੇ ਬੈਠਾ ਹੈ, ਕੋਈ ਕੋਈ ਇੱਥੇ ਮੋਹਾਲੀ ਬੈਠਾ, ਆਪਣਾ ਕੋਈ ਯੂਥ ਬੈਠਾ, ਉਹਨੂੰ ਰਾਈਟ ਹੈ ਆਪਣੀ ਗੱਲ ਕਹਿਣ ਦਾ ਰਾਈਟ ਹੈ। ਜਦੋਂ ਇੱਦਾਂ ਦੀ ਚਰਚਾ ਚੱਲੇਗੀ, ਜਦੋਂ ਸਰਕਾਰ ਦੀ ਸੱਭਿਆਚਾਰ ਨੀਤੀ ਜਿਹੜੀ ਹੈ ਉਹ ਹਰੇਕ ਜੂਸ ਕੋਲ ਜਾਊਗੀ ਵੀ ਇਹ ਸਾਡਾ ਸੱਭਿਆਚਾਰ ਹੈ, ਜੇ ਇਹ ਜਿਹੜਾ ਸੱਭਿਆਚਾਰ ਕਮਿਸ਼ਨ ਹੈ ਮੈਨੂੰ ਲੱਗਦਾ ਵਧੀਆ ਕੰਮ ਕਰੇਗਾ, ਇਹਦੇ 'ਚ ਪਾਤਰ ਸਾਹਿਬ ਵਰਗੇ ਜਿਹੜੇ ਅਗਵਾਈ ਕਰਨਗੇ, ਜਦੋਂ ਉਹਨਾਂ ਦੀ ਗੱਲ ਜਾਊਗੀ ਤੇ ਪੱਕੀ ਗੱਲ ਹੈ ਵੀ ਇਹ ਜਿਹੜਾ ਪਲੇਟਫਾਰਮ ਸਾਡਾ ਨਵੀਂ ਟੈਕਨੋਲੋਜੀ ਦਾ ਪਲੇਟਫਾਰਮ, ਉਹਦੇ ਤੇ ਵਧੀਆ ਚੀਜ਼ਾਂ ਜਾਣਗੀਆਂ, ਉਹਦਾ ਫਾਇਦਾ ਹੋਊਗਾ। ਇੱਥੇ ਇੱਕ ਚੀਜ਼, ਸੋਸ਼ਲ ਮੀਡੀਆ ਜਾਂ ਇੰਟਰਨੈਟ ਨੇ ਇਹ ਚੀਜ਼ਾਂ ਨੂੰ ਜ਼ਿਆਦਾ ਪ੍ਰਮੋਟ ਕੀਤਾ ਤਾਂ ਸਾਨੂੰ ਲੱਗਿਆ ਕਿ ਕਿਤੇ ਨਾ ਕਿਤੇ ਇਹ ਗੜਬੜ ਕੀਤੀ, ਪਰ ਹੁਣ ਕੀ ਹੈ, ਸੋਸ਼ਲ ਮੀਡੀਆ ਹੀ ਸਾਨੂੰ ਇਸ ਜਿਹੜੀ ਵਿਊ ਚੱਕਰ ਹੈ ਜੋ ਬਾਹਰ ਕੱਢੇਗਾ ਕਿ ਸੋਸ਼ਲ ਮੀਡੀਆ ਬਹੁਤ ਵੱਡਾ ਨੈੱਟਵਰਕ ਹੈ। ਅਸੀਂ 4 ਮਹੀਨਿਆਂ ਤੋਂ, 3.5 ਮਹੀਨੇ ਤੋਂ ਜਦੋਂ ਇਹ ਮੁਹਿੰਮ ਸ਼ੁਰੂ ਕੀਤੀ, ਅਸੀਂ ਖਬਰ ਮਤਲਬ ਮੰਨ ਲੈਂਦੇ ਹਾਂ ਐਗਜ਼ਾਮਪਲ ਤੌਰ 'ਤੇ ਸੰਗਰੂਰ ਕੋਈ ਖਬਰ ਲੱਗੀ, ਉਹ ਸੰਗਰੂਰ ਦੇ ਐਡੀਸ਼ਨ 'ਚ ਲੱਗੀ ਚਾਹੇ ਜਿਹੜੇ ਮਰਜ਼ੀ ਅਖਬਾਰ 'ਚ ਲੱਗੀ, ਤਾਂ ਉਹਨੂੰ ਸੋਸ਼ਲ ਮੀਡੀਆ ਰਾਹੀਂ ਪੂਰੀ ਦੁਨੀਆਂ 'ਚ ਅਸੀਂ ਪਹੁੰਚਾਇਆ। ਇਹ ਤਾਂ ਸਾਡੀ ਐਫਰਟਸ ਹੈ ਨਾ, ਠੀਕ ਹੈ, ਸੋਸ਼ਲ ਮੀਡੀਆ ਨੇ ਯੋਗਦਾਨ ਕੀਤਾ। ਜੇ ਅੱਜ ਸਾਡਾ ਆਹ ਮੈਸੇਜ ਜਿਹੜਾ ਹੁਣ ਸਾਡੇ ਚੈਨਲ ਜ਼ਰੀਏ ਜਾ ਰਿਹਾ, ਜਿੱਥੇ ਤੁਸੀਂ ਕੰਮ ਕਰ ਰਹੇ ਹੋ, ਇਹ ਸੋਸ਼ਲ ਮੀਡੀਆ ਹੀ ਦੂਜੇ ਨੂੰ ਕਹੇਗਾ ਨਹੀਂ ਯਾਰ ਹੁਣ ਤੂੰ ਪੰਗਾ ਲੈ। ਉਹ ਥੋੜ੍ਹੇ ਜਿਹੇ ਜਿਹੜੇ ਬੱਚੇ ਹੈਗੇ ਭਟਕੇ ਹੋਏ ਜਾਂ ਕਹਿ ਲਓ ਜਾਂ ਜਿਹੜੇ ਕਿਸੇ ਦੇ ਗਮਰਾ ਮਤਲਬ ਪ੍ਰੋਡਿਊਸਰਾਂ ਤੋਂ ਹੋਏ ਨਾ, ਉਹ ਸੁਧਰ ਜਾਣਗੇ। ਗਾਣੇ ਜਿਹਨਾਂ ਨੂੰ ਸੇਧ ਹੀ ਨਹੀਂ ਮਿਲੀ, ਗਗਨ ਜੀ ਪਿਆਰ ਨਾਲ ਸਭ ਕੁਝ ਹੈਂਡਲ ਹੋ ਜਾਏ, ਜ਼ਬਰਦਸਤੀ ਕੁਛ ਨਹੀਂ ਹੋਣਾ। ਸਟਾਰਟਿੰਗ ਦੇ ਵਿੱਚ ਸੇਧ ਨਹੀਂ ਮਿਲੀ ਕਿ ਦਿੱਕਤ ਕਿੱਥੇ ਹੈ, ਦਿੱਕਤ ਬੇਰੁਜ਼ਗਾਰੀ ਦੀ ਹੈਗੀ। ਜੇ ਅੱਜ ਪੰਜਾਬ ਦੇ ਵਿੱਚ 5,000 ਕਲਾਕਾਰ ਬਣਨ ਦੀ ਗੱਲ ਕਰ ਰਿਹਾ ਬੰਦਾ ਜਾਂ ਜ਼ਮੀਨਾਂ ਵਿਕ ਰਹੀਆਂ ਨੇ, ਉਹ ਵੀ ਇੱਕ ਬੇਰੁਜ਼ਗਾਰੀ ਦਾ ਕਾਰਨ ਹੈ। ਹਰੇਕ ਬੰਦਾ ਚਾਹੁੰਦਾ ਕਿ ਮੈਂ ਇੱਦਾਂ ਕਲਾਕਾਰ ਬਣ ਜਾਂ, ਉਹ ਨਹੀਂ ਬਣਦੇ, ਕਲਾਕਾਰ ਬਣ ਕੇ ਪੈਸੇ ਬਿਲਕੁਲ। ਸਰਦੀਪ ਜੀ ਕੀ ਸਮਝਦੇ ਕਿਉਂਕਿ ਇੱਦਾਂ ਵੀ ਇਹਦੇ ਕਲਾਕਾਰ ਬਣਨ ਪਿੱਛੇ ਵੀ ਹੁਣ ਅੱਜ ਕੱਲ੍ਹ ਜਾਂ ਕਹਿ ਦਈਏ ਕਿ ਅੱਜ ਦੇ ਆਉਣ ਵਾਲੇ ਟਾਈਮ ਦੇ ਵਿੱਚ ਇਹੋ ਜਿਹੀ ਰਿਸਟ੍ਰਿਕਸ਼ਨ ਲਾਉਣੀਆਂ ਚਾਹੀਦੀਆਂ ਜਿਸ ਨੂੰ ਨੌਲੇਜ ਹੋਊਗੀ, ਜਿਹੜੇ ਆਪਾਂ ਪ੍ਰੋਫੈਸ਼ਨ ਜਾਂਦੇ ਹਾਂ, ਜਿਵੇਂ ਅਸੀਂ ਹੁਣ ਪੱਤਰਕਾਰਿਤਾ ਕਰ ਰਹੇ ਹਾਂ, ਅਸੀਂ ਜਰਨਲਿਜ਼ਮ ਦਾ ਕੋਰਸ ਕੀਤਾ ਹੋਇਆ ਤਾਂ ਅਸੀਂ ਇੱਥੇ ਆਏ ਹਾਂ। ਜੇ ਕੋਈ ਸਿੰਗਰ ਬਣਨਾ ਚਾਹੁੰਦਾ ਕਿ ਉਹਦੇ ਵਾਸਤੇ ਸਟੱਡੀ ਜ਼ਰੂਰੀ ਹੈਗੀ ਹੈ, ਬਿਲਕੁਲ ਜ਼ਰੂਰੀ ਹੈ, ਜ਼ਰੂਰੀ ਕਰਨੇ ਚਾਹੀਦੇ ਨੇ ਕੁਝ ਕਿ ਨਹੀਂ ਕਰਨੇ ਚਾਹੀਦੇ, ਕਿਉਂਕਿ ਭੈਣ ਜੀ ਬੈਠੇ ਅਸੀਂ ਬੈਠੇ ਹਾਂ, ਅਸੀਂ ਕੋਈ ਜੰਮਦੇ ਗਵਈਆਂ ਦੇ ਬੱਚੇ ਨਹੀਂ ਹੈਗੇ, ਰਾਈਟ? ਅਸੀਂ ਬਕਾਇਦਾ 2 ਸਾਲ ਜਦੋਂ ਮੈਂ 80 ਦੇ ਦਹਾਕੇ 'ਚ ਆਇਆ, ਮੈਂ ਬਕਾਇਦਾ ਤਲੀਮ ਲਈ ਆ ਸਿੱਖਿਆ ਹੈਗਾ ਤੋਂ, 2 ਸਾਲ ਸਿੱਖ ਕੇ ਤਰਲੋਚਨ ਭਾਅ ਜੀ ਗਵਾਹ ਨੇ, 14 ਸਤੰਬਰ 1981 ਨੇ ਮੇਰੀ ਟੈਗੋਰ 'ਚ ਨਾਈਟ ਹੋਈ, ਰਾਈਟ, ਜਿੱਥੋਂ ਮੈਂ ਇੱਕ ਫਨਕਾਰ ਬਣਿਆ। ਅੱਜ ਵੀ ਛੋਟਾ ਜਿਹਾ ਫਨਕਾਰ ਆ, ਪਰ ਦੁਨੀਆ ਪਿਆਰ ਦੇ ਰਹੀ ਹੈ, ਉਹ ਕਿਉਂ ਦੇ ਰਹੀ ਹੈ,
ਕਿਉਂਕਿ ਆਪਣੇ ਦਾਇਰੇ 'ਚ ਰਹਿ ਕੇ ਗਾਇਆ, ਆਪਣੇ ਸੱਭਿਆਚਾਰ 'ਚ ਗਾਇਆ। ਨਹੀਂ ਉਹ ਗਗਨ ਹੋਣਾ ਦਾ ਸਵਾਲ ਇਹ ਸੀ ਵੀ ਅਸਲ 'ਚ ਲੋਕਾਂ ਨੂੰ ਪਤਾ ਹੀ ਨਹੀਂਗਾ ਵੀ ਮਾੜਾ ਵਿਦੇਸ਼ੀ ਉਪਰ ਹੈ ਕੀਤੀ ਸੀ। ਨਹੀਂ ਯੋਗਤਾ ਤੇ ਹੈ, ਸਿੱਖਿਆ ਜੀ ਆਪਣਾ ਸਿੱਖ ਜੀ, ਜਿਹੜਾ ਆ ਜਿਹੜਾ ਗੀਤਕਾਰ ਹੈ ਨਾ, ਜਿਹੜਾ ਸਾਹਿਤਕਾਰ ਹੈ, ਜਿਹੜਾ ਕਲਾਕਾਰ ਹੈ, ਉਹ ਗਿਆਨੀ ਜੈਲ ਸਰ ਰਾਸ਼ਟਰਪਤੀ ਬਣ ਗਏ ਨੇ। ਨਹੀਂ ਨਹੀਂ ਵਿਦੇਸ਼ੀ ਯੋਗਤਾ ਦੀ ਲੋੜ ਨਹੀਂ, ਵਿਦੇਸ਼ੀ ਯੋਗਤਾ ਦੀ ਨਹੀਂ ਲੋੜ, ਪਰ ਅਹਿਮਦ ਸਦੀਕ ਨਹੀਂ, ਮੈਂ ਪੁਰਾਣੇ ਜਿੰਨੇ ਸਾਡੇ ਸਿੰਗਰ ਨੇ ਆਪਣਾ ਇਸ ਪੈਨਲ ਤੇ ਮੈਂ ਬੈਠਿਆ ਜੀ, ਮੈਂ ਸਭ ਤੋਂ ਘੱਟ ਪੜਿਆ ਲਿਖਿਆ, ਠੀਕ ਹੈ ਜੀ, ਮੈਂ ਗੀਤ ਵੀ ਲਿਖੇ ਨੇ, ਕੰਪਨੀ ਵੀ ਚਲਾਈ ਹੈ। ਦੇਖੋ ਉਹਦੇ 'ਚ ਤਾਂ ਇੱਕ ਗੋਡ ਗਿਫਟ ਚੀਜ਼ ਆਪਾਂ ਨੂੰ ਮੰਨਦੇ ਹਾਂ, ਉਹਦੇ ਵਾਸਤੇ ਇੱਦਾਂ ਦੀ ਕੁਛ ਨਹੀਂ। ਹਾਂ ਨਹੀਂ ਪਰ ਹਾਂ, ਇੱਕ ਮਿੰਟ ਬਾਈ, ਇੱਕ ਮਿੰਟ ਮੈਂ ਟੋਕਦੀ ਹਾਂ, ਪਰ ਜਿਹੜੇ ਬੱਚੇ ਅੱਜ ਕੱਲ੍ਹ ਦੇ ਸਿੰਗਰ ਗਾ ਰਹੇ ਨੇ, ਮੇਰੀ ਕਿੰਨਿਆਂ ਨਾਲ ਮੈਂ ਤੁਹਾਨੂੰ ਉਦਾਹਰਣਾਂ ਦੇ ਦੂੰਗੀ, ਉਹਨਾਂ ਨੂੰ ਇਹੀ ਨਹੀਂ ਪਤਾ ਅਸੀਂ ਗਾ ਕੀ ਰਹੇ ਹਾਂ, ਸੁਰ ਦਾ ਨਹੀਂ, ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਜਿਹੜਾ ਸ਼ਬਦ ਅਸੀਂ ਆਹ ਗਾ ਰਹੇ ਹਾਂ ਠਰਕ ਫਲਾਣਾ ਵੀ, ਇਹਦੇ ਮੀਨਿੰਗ ਕੀ ਹੈ ਉਹਨਾਂ ਨੂੰ ਬਿਲਕੁਲ। ਹਾਂ ਕਈ ਤਾਂ ਤੁਸੀਂ ਸਵਾਲ ਤੇ ਇਹੀ ਸਿੱਧਾ ਕਿ ਤਲੀਮ ਦੇਣੀ ਜ਼ਰੂਰੀ ਕਿ ਨਹੀਂ, ਸਿੱਖਣਾ ਤਲੀਮ ਨਹੀਂ, ਪਰ ਜਦੋਂ ਪਰ ਵੀ ਬਾਈ ਤਰਲੋਚਨ ਭਾਜੀ, ਮੁੰਡਿਆਂ ਨੂੰ ਇਹ ਨਹੀਂ ਪਤਾ ਵੀ ਲੋਕ ਗੀਤ ਤੇ ਪੰਜਾਬੀ ਗੀਤ 'ਚ ਕੀ ਫਰਕ ਹੈ, ਜਿਹੜੇ ਸ਼ਬਦ ਅਸੀਂ ਪੰਜਾਬੀ ਦੇ ਬੋਲ ਰਹੇ ਉਹਨਾਂ ਦਾ ਕੀ ਮੀਨਿੰਗ ਹੈ, ਕਾਨਵੈਂਟਾਂ ਦੇ ਪੜ੍ਹੇ ਆ ਚੱਕ ਕੇ ਪੈਸੇ। ਦੂਜੀ ਗੱਲ, ਜਿਹੜੇ ਖਰੀਦਦਾਰ ਬਣੇ ਹੋਏ ਨੇ ਨਾ, ਠੇਕੇਦਾਰ ਬਣੇ ਸਿੰਗਰਾਂ ਦੇ, 20-20 ਸਾਲ ਲਈ ਠੇਕਾ ਉੱਤੇ ਲਾਇਆ ਹੋਇਆ, ਨੱਥ ਵਾਂਗੂ ਬੰਨੇ ਸਮੁੰਦਰ ਹੈ, ਤਾਂ ਸਾਰੀ ਉਮਰ ਸਿੱਖਣਾ, ਉਹਨਾਂ ਨੇ ਵੀ ਬਹੁਤ ਕੰਮ ਕੀਤਾ, ਕਿਤੇ ਕਿਤੇ ਸਾਰੀ ਉਮਰੀਆਂ ਜਿਹੜੀਆਂ ਨੇ ਉਹ ਵੀ ਐਕਸਪਰਟ ਕਰ ਰਹੀਆਂ ਸਿੰਗਰਸ ਨੂੰ, ਪੂਰਾ ਕਰ ਰਹੀਆਂ ਕੰਪਨੀਆਂ ਹੋਇਆ ਪਿਆ ਕੇ ਉਹਨਾਂ ਨੂੰ, ਉਹ ਉਸ ਤੋਂ ਬਾਅਦ ਜਾ ਨਹੀਂ ਸਕਦੇ, ਉਹਨਾਂ ਨੂੰ ਉਹੀ ਗਾਣਾ ਪਊਗਾ ਜੋ ਕੰਪਨੀਆਂ ਕਹਿ ਰਹੀਆਂ ਨੇ, ਕਹਿ ਰਹੀਆਂ ਕੰਪਨੀਆਂ, ਕਰਾ ਰਹੀਆਂ ਵੀ ਐਕਸਪਰਟ ਕਰਦੀਆਂ ਹੈਗੀਆਂ ਸਿੰਗਰਸ ਨੂੰ, ਕੰਪਨੀਆਂ ਇਹਦੇ ਨੇ ਕਰਦੀਆਂ ਕਿ ਹਾਂ ਤੂੰ ਗਾਏਗਾ, ਸਿੰਗਰ ਦੀ ਮਰਜ਼ੀ ਤਾਂ ਹੋਊਗੀ, ਸਿੰਗਰ ਦੀ ਮਰਜ਼ੀ ਹੋਊਗੀ, ਸਿੰਗਰ ਉਦਾਂ ਨਹੀਂ ਗਾਊਗਾ। ਹਾਂ ਤੇ ਕੰਪਨੀ ਕੀ ਕਰ ਲੋ, ਜੇ ਆਪਾਂ ਗੱਲ ਕਰੀਏ ਕੰਪਨੀਆਂ ਦੀ, ਕੰਪਨੀਆਂ ਨੇ ਇੱਕ ਬਿਜ਼ਨਸ ਖੋਲਿਆ ਹੋਇਆ, ਦੋ ਤਰੀਕੇ ਨਾਲ ਕਲਾਕਾਰ ਨੂੰ ਰਿਕਾਰਡ ਕਰਦੇ ਰਹੇ, ਜੇ ਤੁਹਾਨੂੰ ਉਹਦੀਆਂ ਪਰਮਿਸ਼ਨ ਨਹੀਂ ਪਸੰਦ ਆਏਗਾ ਨਾ ਕਰੋ, ਉਹਨਾਂ ਨੇ ਵੀ ਤਾਂ ਪੈਸੇ, ਕਲਾਕਾਰ ਭੱਜਦੇ ਆ ਕਿ ਕੰਪਨੀ ਨਾਲ ਨੇ ਕਿਹਾ ਨਾ ਕਰੋ ਉਸ ਕੰਪਨੀ ਨਾਲ, ਠੀਕ ਹੈ ਕਿ ਪਿੱਛੇ ਪ੍ਰੋਡਿਊਸਰ ਕੋਈ ਚਾਹੀਦਾ ਹੁੰਦਾ, ਪਰ ਪ੍ਰੋਡਿਊਸਰ, ਮੈਂ ਜਿਹੜੀ ਸਟਾਰਟਿੰਗ 'ਚ ਗੱਲ ਕੀਤੀ ਸੀ ਕਿ ਪ੍ਰੋਡਿਊਸਰ ਦੀ ਸੋਚ ਕੀ ਹੈ, ਪੇਸ਼ਕਾਰ ਦੀ ਸੋਚ ਕੀ ਹੈ, ਗੱਲ ਉੱਥੇ ਆ ਕੇ ਨਿਬੜਦੀ ਹੈ। ਹੁਣ ਅਸੀਂ ਇਸ ਗੱਲ ਦੀ ਗੱਲ ਕਰਦੇ ਹਾਂ ਕਿ ਜੇ ਲੱਚਰਤਾਵਾਦ, ਗੈਂਗਵਾਦ, ਨਸ਼ਾਵਾਦ ਜਾਂ ਆਪਣਾ ਨੰਗੇਜਵਾਦ ਗੀਤਾਂ ਰਾਹੀਂ ਫੈਲ ਗਿਆ, ਹੁਣ ਜਿੰਨੀਆਂ ਧਿਰਾਂ ਅਸੀਂ ਲੱਗੇ ਹੋਏ ਹਾਂ, ਉਹਦੇ 'ਚ ਮੀਡੀਆ ਵੀ ਆ ਗਿਆ, ਉਹਦੇ 'ਚ ਸੰਸਥਾਵਾਂ ਵੀ ਆ ਗਈਆਂ, ਉਹਦੇ 'ਚ ਪੇਸ਼ਕਾਰ, ਕਲਾਕਾਰ ਜਾਂ ਸਰਕਾਰ ਵੀ ਆ ਗਈ, ਸਾਨੂੰ ਇੱਕ ਇੱਦਾਂ ਦਾ ਹੰਬਲਾ ਮਾਰਨਾ ਚਾਹੀਦਾ ਕਿ ਇਹ ਚੀਜ਼ ਇੰਨੀ ਜ਼ਿਆਦਾ ਥੱਲੇ ਚਲੀ ਜਾਵੇ ਕਿ ਆਉਣ ਵਾਲੇ ਘੱਟੋ ਘੱਟ 500-700 ਸਾਲ ਦੁਬਾਰੇ ਸਾਡੇ ਸੱਭਿਆਚਾਰ ਨੂੰ ਗੰਧਲਾ ਕਰਨ ਵਾਸਤੇ ਕੋਈ ਇੱਦਾਂ ਦਾ ਕੰਨ ਨਾ ਚੱਕੇ, ਮੀਡੀਆ ਨੇ ਹੋਰ ਅੱਗੇ ਪ੍ਰਮੋਟ ਹੋਣਾ, ਟੀਮਾਂ ਬਣਾਉਣੀਆਂ ਪੈਣੀਆਂ, ਬਹੁਤ ਵੱਡੀ ਫਾਇਦਾ ਲੈਣਾ ਚਾਹੀਦਾ, ਬਹੁਤ ਵੱਡੀ ਟੀਮ ਬਣਾਉਣੀ ਪੈਣੀ ਹੈ, ਇੱਕ ਦੋ ਬੰਦੇ ਨੂੰ ਕੁਝ ਕਰ ਸਕਦੇ, ਕਮਿਸ਼ਨ ਬਣਾ ਰਹੀ ਹੈ, ਚਲੋ ਸਾਰੇ ਆਪਾਂ ਵਾਰ ਵਾਰ ਕਮਿਸ਼ਨ ਦੀ ਗੱਲ ਕਰਦੇ ਹਾਂ, ਕਮਿਸ਼ਨ ਕੰਮ ਨਹੀਂ ਕਰੂਗਾ ਫਿਰ ਉੱਥੇ ਸਾਨੂੰ ਜਾ ਕੇ ਬੋਲਣਾ ਚਾਹੀਦਾ, ਇੱਦਾਂ ਦੀਆਂ ਡਿਬੇਟਾਂ ਕਰੋ, ਉਸ ਕਮਿਸ਼ਨ ਦੀਆਂ ਜਿਹੜੀਆਂ ਗਤੀਵਿਧੀਆਂ ਨਹੀਂ ਹੋ ਰਹੀਆਂ ਸਹੀ, ਅੱਜ ਸਰਕਾਰ ਕੋਈ ਪ੍ਰੋਗਰਾਮ ਸ਼ੁਰੂ ਕਰਦੀ ਹੈ, ਸਾਨੂੰ ਬੋਲਣਾ ਚਾਹੀਦਾ, ਅਸੀਂ ਬੋਲਦੇ ਨਹੀਂ, ਸਭ ਤੋਂ ਵੱਡੀ ਗੱਲ ਹੈ, ਮੈਂ ਗੱਲ ਤਾਂ ਮੇਰੇ ਬਾਰੇ ਮਤਲਬ ਹੋਰ ਨੂੰ ਬੋਲਣਾ ਚਾਹੀਦਾ, ਕੰਪਨੀਆਂ ਬਾਰੇ ਮੈਂ ਬੋਲਿਆ, ਮੈਂ ਕੰਪਨੀ ਦਾ ਮਾਲਕ ਹੋ ਕੇ ਕੰਪਨੀਆਂ ਵਾਲਾ ਰੂਪ ਬੋਲਿਆ ਕਿ ਕੰਪਨੀਆਂ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਕਿ ਦੇਖੋ ਜਿਹੜੀ ਗੱਲ ਕਲੀਅਰ ਹੈ ਕਿ ਜਿੰਨਾ ਚਿਰ ਜਿਹੜਾ ਗਾਣਾ ਸਾਡੇ ਘਰ ਦੇ ਵਿੱਚ ਬਹਿ ਕੇ ਅਸੀਂ ਨਹੀਂ ਸੁਣ ਸਕਦੇ, ਚਾਹੇ ਕੋਈ ਵੀ ਹੋਵੇ, ਉਹ ਗਾਣਾ ਨਹੀਂ ਮੰਨਿਆ ਜਾ ਸਕਦਾ ਸਾਡੇ ਸੱਭਿਆਚਾਰ ਦਾ, ਠੀਕ ਹੈ ਜੀ। ਦੂਜੀ ਗੱਲ, ਜਿਹੜੀਆਂ ਅਰਬਨ ਕੰਪਨੀਆਂ ਨੇ, ਅਰਬਨ ਕੰਪਨੀ ਦੇ ਪ੍ਰੋਡਿਊਸਰ ਨੇ, ਉਹਨਾਂ ਦੀ ਸੋਚ ਹੋ ਸਕਦੀ ਹੈ, ਉਹਨਾਂ ਦੇ ਗਾਣਿਆਂ ਨੂੰ ਬੰਦ ਕਰਨ ਵਾਸਤੇ ਸਾਡੇ ਇਸ ਜਿਹੜੀ ਫਿਜ਼ਾ ਹੈਗੀ 'ਚ ਉਹ ਚੈਨਲਾਂ ਵਾਲਿਆਂ ਨੂੰ, ਸਰਕਾਰ ਨੂੰ, ਰੇਡੀਓ ਵਾਲਿਆਂ ਨੂੰ, ਜਾਂ ਜਿਹੜੀ ਗੱਲ ਆਪਾਂ ਵਾਰ ਵਾਰ ਕਰ ਰਹੇ ਹਾਂ ਕਿ ਮੈਰਿਜ ਪੈਲਸਾਂ 'ਤੇ, ਉਹ ਇੱਕ ਪਬਲਿਕ ਪਲੇਸ ਇੱਕ ਨਿਸ਼ਾਨ ਦੇ, ਆ ਗਾਣਾ ਨਹੀਂ ਵੱਜਣਾ ਚਾਹੀਦਾ, ਨਹੀਂ ਵੱਜਣਾ, ਉਹ ਤਾਂ ਹੋਣਾ ਚਾਹੀਦਾ, ਉਹਨੂੰ ਚਾਹੇ ਆਪਾਂ ਸੈਂਸਰ ਬੋਰਡ ਦਾ ਨਾਮ ਦੇ ਦਿਓ, ਚਾਹੇ ਕਮਿਸ਼ਨ ਦਾ ਨਾਮ ਦੇ ਦਿਓ, ਜਿਹਦਾ ਮਰਜ਼ੀ ਦੇ ਦਿਓ, ਰਿਕੁਐਸਟ ਆਪਾਂ ਕਹਿ ਸਕਦੇ, ਠੀਕ ਹੈ। ਸਿਹਰਤ ਪੰਜਾਬੀਆਂ ਦੀ ਪਛਾਣ ਕਰਨੀ ਜ਼ਰੂਰੀ ਹੈ, ਜਿਵੇਂ ਨਾਲੇ 100 ਗੀਤਾਂ 'ਚੋਂ ਨਾ 5 ਕੁ ਗੀਤ ਹੀ ਆ ਜਿਹੜੇ ਭਾਜੀ ਤਰਲੋਚਨ, ਜਿਹੜੇ 5 ਗੀਤ ਜਿਹੜੇ ਠਾ ਭੈੜਾ ਇਫੈਕਟ, ਬਾਕੀ ਠੀਕ ਹੀ ਹੈ, ਕੰਮ ਕੋਈ ਐਡੀ ਗੜਬੜ ਨਹੀਂ ਹੈਗੀ, ਐਵੇਂ ਮਰੌਲਾ ਪਾਈ ਕੀ ਸਮਝ ਆਏਗੀ ਉਹ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਗੀਤਕਾਰ ਹੈਗੇ ਨੇ ਜਿਹੜੇ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖ ਸਕਦੇ ਹੈਗੇ ਨੇ,
ਉਲਝੇ ਹੋਏ ਪਰਿਵਾਰ ਨੇ, ਦੋ ਚਾਰ ਹੀ ਨੇ, ਮਤਲਬ ਜੇ ਅਸੀਂ ਇੱਕ ਵੱਡਾ ਅੰਬਰਲਾ ਮਾਰੀਏ ਤਾਂ ਬਹੁਤ ਕੁਝ ਹੋ ਸਕਦਾ। 2000 ਆਪਣਾ ਕਮਾਈ ਜੀ, ਤੁਹਾਡੀ ਗੱਲਾਂ 'ਚ ਗੱਲ ਹੈ, ਜੋ ਤੁਹਾਡੀ ਕੰਪਨੀ ਖੁੱਲ੍ਹੀ ਸੀ ਬੇਟਾ 2090 ਤੋਂ ਲੈ ਕੇ 2005 ਤੱਕ 25-30-35 ਕਲਾਕਾਰ ਸੀਗੇ। 15 ਸਾਲਾਂ 'ਚ ਅਸੀਂ ਆਵਾਜ਼ ਉੱਠਦੀ, ਆਵਾਮ ਦੀ ਕੋਈ ਇਹੋ ਜਿਹੀ ਆਵਾਜ਼, ਲੱਚਰਤਾ ਦੀ ਆਵਾਜ਼ ਉੱਠਦੀ ਸੀ। ਆਹ ਤਾਂ ਹੁਣ ਹੋਇਆ, ਜੋ ਮੈਂ ਐਮਆਰਆਈ ਪਿਛਲੇ 10 ਸਾਲਾਂ 'ਚ ਜ਼ਿਆਦਾ ਕੰਮ ਖਰਾਬ ਹੋਇਆ। ਬੁਲਾਓ, ਠੀਕ ਹੈ ਜੀ। ਉਸ ਬੰਦੇ ਨੇ ਜਿਹੜਾ ਗਾਣੇ 'ਤੇ ਪਿਛਲੇ ਗਾਣੇ 'ਤੇ ਬਜਟ ਲਾਇਆ ਸੀ, ਉਦੋਂ ਮਤਲਬ 50% ਬਜਟ ਇੱਥੇ ਤੁਹਾਡੇ ਕੋਲ ਘੱਟ ਦਿੰਦੇ ਹਾਂ, ਠੀਕ ਹੈ ਜੀ। ਅਸੀਂ ਆਪਦੀ ਚੋਇਸ ਦਾ ਰਿਕਾਰਡ ਕਰਾਂਗੇ, ਜਿਹੜੀ ਕੰਪਨੀ ਵਾਸਤੇ ਉਹ ਕੰਮ ਕਰ ਰਿਹਾ ਉਸੇ ਕੰਪਨੀ ਗਾਣਾ ਰਿਲੀਜ਼ ਹੋਊਗਾ, ਕਿਤੇ ਮੇਰਾ ਨਾਮ ਪਸੰਦ ਹਾਂ ਕਿਤੇ ਮੇਰਾ ਨਾਮ ਨਹੀਂ ਆਉਂਦਾ। ਠੀਕ ਹੈ, ਆਪਾਂ ਉਹਦਾ ਗਾਣਾ ਪਿਛਲੇ ਗਾਣੇ ਨੂੰ ਵੱਧ ਹਿੱਟ ਕਰਕੇ ਦਿਖਾਵਾਂਗੇ। ਪਰਿਵਾਰ ਚ ਗਾਣਾ ਸੁਣਨ ਵਾਲਾ ਘੁਮਾਨ ਸਾਹਿਬ ਨੇ ਕਿਹਾ ਉਹੀ ਗਾਉਣਾ ਚਾਹੀਦਾ। ਹੁਣ ਸਾਡੀ ਪੀੜ੍ਹੀ ਚ ਤੇ ਨੌਜਵਾਨ ਦੀ ਪੀੜ੍ਹੀ ਚ ਬਹੁਤ ਵੱਡਾ ਗੈਪ ਹੈ। ਮੇਰਾ ਪਰਿਵਾਰ ਜਿਹੜਾ ਘੁਮਾਨ ਸਾਹਿਬ ਸੋਚਦਾ ਹੋਊਗਾ, ਹਰਦੀਪ ਨੇ ਜਿੰਨੇ ਜਿਹੜੇ ਪੂਰ ਦੇ ਅਸੀਂ ਬੰਦੇ ਬੈਠੇ ਹਾਂ, ਮਤਲਬ ਸਾਨੂੰ ਪਤਾ ਵੀ ਸਾਡੇ ਪਰਿਵਾਰ 'ਚ ਇਹ ਗਾਣਾ ਸੁਣਿਆ ਜਾ ਸਕਦਾ। ਜਿਹੜੀ ਨਵੀਂ ਜਨਰੇਸ਼ਨ ਹੈ ਉਹਦੇ 'ਚ ਗਗਨ ਤੂੰ ਵੀ ਆ ਜਾਂਦਾ। ਹੁਣ ਤੁਹਾਡੀ ਸੋਚ ਕਿਤੇ ਹੋਰ ਢੰਗ ਨਾਲ ਡਿਵੈਲਪ ਹੋਈ ਹੈ। ਅਸੀਂ ਦਫ਼ਤਰ ਆਪਣੇ ਸਕੂਲਾਂ 'ਚ ਬੋਰੀ ਲੈ ਕੇ ਜਾਂਦੇ ਸੀ, ਟਾਟ ਵਿਛਾ ਕੇ ਬਹਿ ਕੇ ਪੜ੍ਹ ਆ ਜਾਂਦੇ ਸੀ, ਤੁਸੀਂ ਮਾਡਰਨ ਸਕੂਲਾਂ 'ਚ ਪੜ੍ਹੇ ਜੇ, ਤੁਹਾਡੀ ਸੋਚ ਵੀ ਮਾਡਰਨ ਹੈ। ਹੁਣ ਜਿਹੜਾ ਗੀਤ ਮੈਨੂੰ ਲੱਗਣਾ ਅਸ਼ਲੀਲ, ਤੁਹਾਨੂੰ ਲੱਗਣਾ ਵੀ ਇਹ ਤਾਂ ਪਛੜੇਪਨ ਦੀ ਗੱਲ ਕਰਦੇ ਨੇ, ਇਹ ਕਿਹੜਾ ਅਸ਼ਲੀਲ ਯਾਰ, ਇਹ ਤਾਂ ਜਨਰਲ ਗੱਲ ਆ, ਮਤਲਬ ਇਹਦੇ 'ਚ ਲੁਕੋ ਕੀ ਰੱਖਣਾ। ਜਿਹੜੇ ਨਵੇਂ ਸਿੰਗਰ ਨੇ ਨਾ, ਉਹ ਉਸ ਪੈਮਾਨੇ ਨਾਲ ਸੋਚਦੇ ਨੇ ਵੀ ਇਹ ਤਾਂ ਬੁੜੇ ਯਾਰ, ਇਹ ਤਾਂ ਐਵੇਂ ਰੌਲਾ ਪਾਈ ਜਾਂਦੇ, ਪਛੜੀਆਂ ਗੱਲਾਂ ਕਰਦੇ ਨੇ। ਉਹ ਆਪਣੇ ਲੈਵਲ ਦੇ ਜਿਹੜੇ ਉਹਨਾਂ ਦੇ ਉਸ ਪੀੜ੍ਹੀ ਦੇ ਬੱਚੇ ਨੇ, ਮੁੰਡੇ ਨੇ, ਦੋਸਤ ਨੇ, ਕੁੜੀਆਂ ਨੇ, ਉਹ ਜਦੋਂ ਉਹ ਆਜ਼ਾਦ ਢੰਗ ਨਾਲ ਵਿਚਰਦੀਆਂ ਨੇ ਤੇ ਉਹਨਾਂ ਦੇ ਗਾਣਾ ਬੋਲਣ ਦੀ, ਲਿਖਣ ਦੀ ਵੀ ਫਿਰ ਸੋਚ ਉਦਾਂ ਦੀ ਆ ਜਾਂਦੀ। ਸੋ ਇਹ ਬਹੁਤ ਵੱਡਾ ਗੈਪ ਹੈ। ਦੂਜੀ ਗੱਲ ਇਹ ਵੀ ਹੈ ਬਾਈ ਤ੍ਰਿਲੋਚਨ, ਵੀ ਜਿਹੜਾ ਮਿਊਜ਼ਿਕ ਵੀ ਹੈ ਨਾ, ਜਿਵੇਂ ਵਰਲਡ ਵਾਈਡ ਆਈ ਲਵ ਮਿਊਜ਼ਿਕ, ਕਿਉਂਕਿ ਜਿਹੜਾ ਮਿਊਜ਼ਿਕ ਵੀ ਅੱਜ ਕੱਲ੍ਹ ਬੱਚੇ, ਮੈਨੂੰ ਲੱਗਦਾ ਉਹਨਾਂ ਨੂੰ ਲਿਰਿਕਸ ਦਾ ਪਤਾ ਨਹੀਂ। ਜਿਹੜਾ ਮਿਊਜ਼ਿਕ, ਜਿਹੜਾ ਵੈਸਟਰਨ ਵੀ ਲੈ ਲਓ, ਮਿਊਜ਼ਿਕ ਹੈਜ਼ ਨੋ ਲੈਂਗੁਏਜ, ਮਿਊਜ਼ਿਕ ਕੋਈ ਪੰਜਾਬੀ ਨਹੀਂ, ਕੋਈ ਇੰਗਲਿਸ਼। ਜਿਹੜੇ ਅੱਜ ਕੱਲ੍ਹ ਦੇ ਬੱਚੇ ਆ, ਜਿਹੜੀ ਚੇਂਜ ਇਹ ਹੋ ਗਈ, ਪਿਛਲੇ ਸਿੰਗਰ ਚਾਰਕ ਨਾਲ ਗਾਉਂਦੇ ਸੀ। ਈਵਨ ਮੈਨੂੰ ਵੀ ਚੰਗਾ ਲੱਗਦਾ ਜਦੋਂ ਮੈਂ ਹੈਵੀ ਮਿਊਜ਼ਿਕ ਸੁਣਦੀ ਹਾਂ ਨਾ ਗਾਣਾ, ਬੋਲ ਉਹੀ ਚੰਗਾ ਲੱਗਦਾ ਹੈ ਨਾ, ਵਿੱਚ ਲਿਰਿਕਸ ਬਦਲ ਦੇਣ, ਮਿਊਜ਼ਿਕ ਉਹੀ ਰੱਖਣ ਮਾਡਰਨ, ਪਰ ਲਿਰਿਕਸ ਉਹਨਾਂ ਨੂੰ ਜੋ ਮਰਜ਼ੀ ਦੇਵਾਂਗੇ ਲੈ ਸਕਦੇ। ਜਨਰੇਸ਼ਨ ਗੈਪ ਜਿਹੜਾ ਆਪਾਂ ਗੱਲ ਕਰਦੇ ਹਾਂ, ਜਨਰੇਸ਼ਨ ਗੈਪ ਨੇ ਕਿੱਥੇ ਫਰਕ ਪਾਇਆ, ਮਿਊਜ਼ਿਕ 'ਤੇ ਕੋਈ ਮਤਲਬ ਕਿੰਤੂ ਪ੍ਰੰਤੂ ਨਹੀਂ ਹੈ, ਲੈਰਿਕਸ ਦੇ ਉੱਤੇ ਕਿੰਤੂ ਪ੍ਰੰਤੀ ਹੈ, ਵੀਡੀਓਗ੍ਰਾਫੀ ਦੇ ਉੱਤੇ ਕਿੰਤੂ ਪ੍ਰੰਤੀ ਹੈ। ਜੇ ਤਾਂ ਅਸੀਂ ਇਹ ਅਧਿਕਾਰ ਦੇ ਦਿੰਦੇ ਹਾਂ ਪੂਰੀ ਸੰਗੀਤ ਇੰਡਸਟਰੀ ਨੂੰ, ਜਿਹ 'ਚ ਮੈਂ ਵੀ ਆ ਜਾਂਦਾ, ਕਿ ਤੁਸੀਂ ਜੀ ਬੰਬਈਆ ਕਲਚਰ ਜਾਂ ਹਾਲੀਵੁੱਡ ਵਾਲਾ ਕੰਮ ਕਰ ਲਓ, ਤੁਹਾਨੂੰ ਕੋਈ ਇਤਰਾਜ਼ ਨਹੀਂ ਹੈਗਾ, ਫਿਰ ਸਭ ਕੁਝ ਜਾਇਜ਼ ਹੈ।
ਜੇ ਅਸੀਂ ਪੰਜਾਬੀ ਅਮੀਰ ਵਿਰਸੇ ਦੀ ਗੱਲ ਕਰਦੇ ਹਾਂ, ਪੰਜਾਬ ਪੰਜਾਬੀ ਪੰਜਾਬੀ ਦੀ ਗੱਲ ਕਰਦੇ ਹਾਂ, ਅਸੀਂ ਪੰਜਾਬੀ ਇੱਕ ਸਵਾਹ ਦੀ ਗੱਲ ਕਰਦੇ ਹਾਂ, ਅਸੀਂ ਗੱਲਾਂ ਕਰਦੇ ਹਾਂ ਕਿ ਸਾਡਾ ਪੀਰਾਂ ਫਕੀਰਾਂ ਵਾਲਾ ਗਾਂ ਗੁਰੂਆਂ ਪੈਗੰਬਰਾਂ ਦੀ ਗੱਲ ਕਰਦੇ ਹਾਂ, ਫਿਰ ਸਾਨੂੰ ਇੱਕ ਲਕੀਰ ਖਿੱਚਣੀ ਪਊਗੀ। ਇਹ ਇਹਨੂੰ ਅਸੀਂ ਬੰਬਈਆ ਕਲਚਰ ਕਹਿ ਲਈਏ ਜਾਂ ਹੋਲੀਵੁੱਡ ਬੋਲੀਵੁੱਡ ਕਲਚਰ ਕਹਿ ਲਈਏ, ਉਹ ਫਰਕ ਹੈ। ਜਿਵੇਂ ਤਰਲੋਚਨ ਜੀ ਨੇ ਕਿਹਾ ਕੋਈ ਜਨਰੇਸ਼ਨ ਗੈਪ ਕਵਰ ਨਹੀਂ ਹੁੰਦਾ, ਉਹ ਬਹੁਤ ਘੱਟ ਪਰਸੈਂਟੇਜ ਹੈਗੀ ਹੈ। ਉਹ ਜਨਰੇਸ਼ਨ ਗੈਪ ਤੁਸੀਂ ਕਿਵੇਂ ਹੰਸ ਦੇ ਬੇਟੇ ਨੇ ਕਿਸੇ ਫਿਲਮ 'ਚ ਉਹੀ ਗੀਤ ਚੱਕ ਕੇ 25 ਸਾਲ ਪੁਰਾਣਾ ਗਾਇਆ, ਯੰਗ ਜਨਰੇਸ਼ਨ ਤਾਂ ਫਿਰ ਵੀ ਪਸੰਦ ਕਰ ਰਹੀ ਹੈ, ਤੁਸੀਂ ਕਰੋਗੇ ਹੁਣ ਤੁਸੀਂ ਗੱਲ ਦਾ ਵੀ ਪਰੋਸਣਾ ਕਿਵੇਂ ਆ ਮਿਊਜ਼ਿਕ, ਉਹੀ ਤਾਂ ਮੈਂ ਉਹੀ ਗੱਲ ਕਰ ਰਿਹਾ ਹੁਣ। ਮੈਂ ਸਟਾਰਟਿੰਗ 'ਚ ਇਹ ਸੇਮ ਗੱਲ ਭੈਣ ਜੀ ਨੇ ਰਿਪੀਟ ਕੀਤੀ, ਕਿੰਨੇ ਕਲਾਕਾਰਾਂ ਦੀ ਮੈਂ ਇੱਥੇ ਐਗਜ਼ਾਮਪਲਾਂ ਦੇ ਸਕਦਾ ਬਹਿ ਕੇ ਕਿ ਜਿਹੜਿਆਂ ਨੂੰ ਲੋਕ ਪਸੰਦ ਕਰਦੇ ਆ, ਨਵੇਂ ਮਿਊਜ਼ਿਕ 'ਚ ਕਰਦੇ, ਨਵੇਂ 'ਚ ਮਿਊਜ਼ਿਕ ਚਾਹੀਦਾ, ਇਹ ਸੋਚ ਕਿੱਥੇ ਪੰਗਾ ਕਿੱਥੇ ਪਾਉਂਦੀ ਹੈ, ਜਿਹੜਾ ਬੰਦਾ ਵੀਡੀਓ ਡਾਇਰੈਕਟ ਕਰਦਾ ਉਹਦੀ ਸੋਚ ਪੰਗਾ ਪਾਉਂਦੀ ਹੈ, ਜਿਹੜਾ ਬੰਦਾ ਪੈਸੇ ਲਾ ਰਿਹਾ ਉਹਦੀ ਸੋਚ ਪੰਗਾ ਪਾਉਂਦੀ ਹੈ। ਫਰਕ ਕਿੱਥੇ ਹੈ ਗਗਨ ਜੀ, ਕਿ ਇੱਕ ਕਲਾਕਾਰ ਲੈਂਦਾ ਪ੍ਰੋਗਰਾਮ ਦਾ ਐਗਜ਼ਾਮਪਲ ਦੇ ਤੌਰ 'ਤੇ 1.5 ਲੱਖ ਰੁਪਈਆ, ਉਹੀ ਕਲਾਕਾਰ ਜਦੋਂ ਕਹਿੰਦਾ ਮੈਂ 15 ਲੱਖ 'ਤੇ ਪਹੁੰਚਣਾ ਤਾਂ ਉਹਦੀ ਸੋਚ ਉਸ ਪਾਸੇ ਨੂੰ ਜਾਂਦੀ ਹੈ, ਉਹ ਫਿਰ ਬੰਬਈਆ ਕਲਾਕਾਰ ਬਣਨ ਦੀ ਕੋਸ਼ਿਸ਼ ਕਰਦਾ। ਮੈਂ ਬੰਬਈਆ ਕਲਚਰ ਨੂੰ ਮਾੜਾ ਨਹੀਂ ਕਹਿੰਦਾ, ਕਿ ਬੰਬੇ ਵਾਲਿਆਂ ਨੇ ਸਾਡੀ ਪੰਜਾਬੀ ਲੈਂਗੁਏਜ ਨੂੰ ਪੂਰੇ ਮਲ ਸੱਤ ਸਮੁੰਦਰਾਂ ਪਾਰ ਪਹੁੰਚਾਉਂਦਾ। ਪੰਜਾਬੀ ਇੰਡਸਟਰੀ ਦੀ ਜੇ ਆਪਾਂ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਦੇ ਵਿੱਚ ਸੰਗੀਤ ਵੀ ਆਉਂਦਾ, ਫਿਲਮਾਂ ਵੀ ਆਉਂਦੀਆਂ, ਤਾਂ ਇਹ ਸਭ ਲੱਚਰਤਾ ਨੂੰ ਰੋਕਣ ਦੇ ਵਿੱਚ ਕੀ ਆਪਾਂ ਨੂੰ ਫਿਲਮਾਂ ਦੇ ਉੱਤੇ ਵੀ ਨੱਥ ਪਾਉਣੀ ਪਊਗੀ? ਨਹੀਂ, ਫਿਲਮਾਂ ਆਪਣੀਆਂ ਬਹੁਤ ਅੱਛੀਆਂ ਜਾ ਰਹੀਆਂ, ਜੋ ਫਿਲਮ ਕੋਈ ਐਨੀ ਗੱਲ ਕਰ ਨਹੀਂ। ਰਵਿੰਦਰ ਗਾਂਧੀ ਦਾ ਗੈਂਗਸਟਰ ਦੀ ਆਪਾਂ ਗੱਲ ਕਰ ਲਈਏ, ਉਹਦੇ ਵਿੱਚ ਗੈਂਗਸਟਰ ਵਾ ਜਿਹੜਾ ਹੈ ਉਹ ਦਿਖਾਇਆ ਗਿਆ ਸੀ, ਗੈਂਗਸਟਰ ਦੀ ਜਿਹੜੀ ਜੀਵਨੀ ਸੀ ਉਹ ਫਿਲਮਾਈ ਗਈ ਸੀਗੀ, ਤਾਂ ਕੀ ਹੁਣ ਫਿਲਮਾਂ ਦੇ ਉੱਤੇ ਵੀ ਸੈਂਸਰ ਜਿਹੜਾ ਹੈ ਉਹ ਇਹ ਸਰਕਾਰ ਜਿਹੜੀ ਹੈ ਜਿਹੜੀ ਨਵੀਂ ਬਣਾਈ ਹੈ ਸੁਸਾਇਟੀ ਆਪਾਂ ਬਣਾਈਏ ਉਹ ਵੀ ਲਗਾਊਗੀ? ਸਰਕਾਰ ਸੋਚ ਰਹੇ ਹਾਂ ਜੇ ਪਲਾਨ ਹਜੇ ਮੇਰਾ ਨਹੀਂ ਖਿਆਲ, ਸਰਕਾਰ ਗਗਨ ਜੀ ਹਰੇਕ ਫਿਲਮ ਨੂੰ ਨਹੀਂ ਚਲਾਉਣ ਦਿੰਦੇ, ਹੁਣ ਵੀ ਸੈਂਸਰ ਤਾਂ ਲੱਗ ਹੀ ਰਿਹਾ, ਕਿੰਨੀ ਫਿਲਮਾਂ ਨਹੀਂ ਲੱਗਦੀਆਂ ਜਾਂ ਬਾਹਰ ਨਹੀਂ ਲੱਗ ਰਹੇ ਜਾਂ ਨਹੀਂ ਲੱਗਦੀਆਂ, ਪੰਜਾਬੀ ਫਿਲਮਾਂ ਹੁੰਦੀਆਂ ਨੇ ਨਹੀਂ ਲੱਗ, ਸੈਂਸਰ ਬੋਰਡ ਤੇ ਕਮਿਸ਼ਨ ਦੋਨੇ ਵੱਖ-ਵੱਖ ਚੀਜ਼ਾਂ, ਅਜੇ ਵੀ ਤੂਫਾਨ ਸਿੰਘ ਫਿਲਮ ਲੰਡਨ ਪਈ ਆ ਹਜੇ ਰਿਲੀਜ਼ ਨਹੀਂ ਕਰਨੀ, ਪੰਜਾਬੀ ਇੰਡਸਟਰੀ ਪੰਜਾਬੀ ਫਿਲਮ ਇੰਡਸਟਰੀ ਸੰਗੀਤ ਇੰਡਸਟਰੀ ਦੋਨੇ ਅਲੱਗ ਅਲੱਗ ਧਿਰਾਂ ਹੈਗੀਆਂ। ਫਿਲਮ ਇੰਡਸਟਰੀ ਜਿਹੜੀ ਅਸੀਂ ਗੱਲ ਕਰਦੇ ਹਾਂ ਸੈਂਸਰ ਬੋਰਡ ਦੀ, ਸੈਂਸਰ ਬੋਰਡ ਵਾਲੀ ਜਿਹੜੀ ਫਿਲਮ ਆਉਂਦੀ ਹੈ ਇੱਥੇ ਕਈ ਵਾਰੀ ਨਹੀਂ ਲੱਗਦੀ, ਕਈ ਫਿਲਮਾਂ 'ਤੇ ਆਪਾਂ ਰੋਜ਼ ਰੌਲਾ ਘਚੋਲਾ ਸੁਣਦੇ ਹਾਂ। ਗੱਲ ਹੈਗੀ ਕਿ ਕੀ ਅਸੀਂ ਮਾਪਦੰਡ ਜਿਹੜੀ ਆਪਾਂ ਗੱਲ ਕਰਦੇ ਹਾਂ ਤੈਅ ਕਰਨ ਦੀ, ਕਿ ਜਿਹੜੇ ਸਾਡੇ ਜਦੋਂ ਤੋਂ ਵੀ ਅਸੀਂ ਸੁਣਦੇ ਆ ਰਹੇ ਹਾਂ 700 ਸਾਲ ਤੋਂ ਪੰਜਾਬੀ ਦੀ ਗੱਲ, ਕਿ ਅਸੀਂ ਉਸ ਅਮੀਰ ਵਿਰਸੇ ਨੂੰ ਸੰਭਾਲ ਕੇ ਰੱਖਣਾ ਜਾਂ ਉਹਨੂੰ ਅਸੀਂ ਬਾਜ਼ਾਰ ਦੇ ਵਿੱਚ ਖਿਲਾਰ ਦੇਣਾ ਚਾਹੁੰਦੇ ਹਾਂ? ਜੇ ਅਸੀਂ ਖਿਲਾਰ ਦੇਣਾ ਚਾਹੁੰਦੇ ਹਾਂ ਤਾਂ ਜੋ ਕੁਛ ਹੋ ਰਿਹਾ ਅੱਜ ਤੋਂ 2 ਸਾਲਾਂ ਬਾਅਦ ਇੱਦੋਂ ਵੀ ਥੱਲੇ ਜਾਊਗੀ ਗੱਲ ਇਹ, ਅੱਜ ਤੋਂ 20 ਸਾਲਾਂ ਬਾਅਦ ਤਾਂ ਲੱਭਣਾ ਕੁਛ ਨਹੀਂ। ਕੀ ਅਸੀਂ ਉਹਨੂੰ ਕੁਛ ਸਾਲਾਂ ਵਾਸਤੇ ਕੁਛ ਸਦੀਆਂ ਵਾਸਤੇ ਉਹਨੂੰ ਸੰਭਾਲ ਕੇ ਰੱਖਣਾ ਚਾਹੁੰਦੇ? ਫਿਰ ਸਾਨੂੰ ਇੱਕ ਮਾਪਦੰਡ ਤੈਅ ਕਰਨੇ ਪੈਣਗੇ, ਕੁਛ ਨਿਸ਼ਾਨਦੇਹੀ ਗੀਤਾਂ ਦੀ ਮਤਲਬ ਜ਼ਿੰਮੇਵਾਰੀ ਗੀਤਕਾਰਾਂ ਦੀ ਪੇਸ਼ਕਾਰਾਂ ਦੀ ਤੈਅ ਕਰਨੀ ਪਊਗੀ। ਉਹ ਸਰਕਾਰ ਕਰੇ ਤਾਂ ਬਹੁਤ ਵਧੀਆ। ਦੇਖੋ ਉਹਦੇ ਵਿੱਚ ਪਿੱਛੇ ਕੀ ਹੋਇਆ, ਜਦੋਂ ਤਰਲੋਚਨ ਜੀ ਤੁਹਾਡੇ ਯਾਦ ਹੋਊਗਾ ਪੁਲਿਸ ਦੇ ਥਰੂ ਕਲਾਕਾਰਾਂ ਨੂੰ ਬੁਲਾ ਬੁਲਾ ਕੇ ਇੱਕ ਸਮਝਾਉਣ ਦੀ ਗੱਲ ਜੀ ਸਟਾਰਟ ਹੋਈ, ਉਹ ਖਬਰਾਂ ਲੱਗੀਆਂ, ਉਹਨਾਂ ਖਬਰਾਂ ਨੇ ਬਹੁਤ ਇਫੈਕਟ ਕੀਤਾ। ਜੇ ਉਹਦੀ ਆਪਾਂ ਗੱਲ ਕਰੀਏ, ਸਰਕਾਰ ਚਾਹੇ ਤਾਂ ਸੱਚੀ ਮੁੱਚੀ ਇਹਨੂੰ ਹਫ਼ਤੇ ਦੇ ਵਿੱਚ ਕੰਟਰੋਲ ਕਰ ਸਕਦੀ, ਉਹ ਵੀ ਇੱਕ ਰੂਟ ਸਾਹਿਬ। ਚੋਰ ਮੋਰੀਆਂ, ਮੈਂ ਕਿੱਥੇ ਚੋਰ ਮੋਰੀ ਦੀ ਗੱਲ ਕਰੂੰਗਾ, ਇਸ ਕੰਮ 'ਚ ਚੋਰ ਮੋਰੀਆਂ ਬਹੁਤ ਲੱਭ ਲੈਂਦੇ ਨੇ ਲੋਕੀ, ਕਿਉਂਕਿ ਕਹਿੰਦੇ ਹੁੰਦੇ ਨੇ ਘਰ ਦਾ ਭੇਤੀ ਲੰਕਾ ਢਾਹੇ, ਉਹਦਾ ਕੰਮ ਮੈਂ ਕਰ ਸਕਦਾ। ਸਾਡੇ ਸਟੂਡੀਓ ਅਸੀਂ ਜਦੋਂ ਲੱਚਰ ਦੁਕਾਨਾਂ ਦੀ ਗੱਲ ਚੱਲਦੀ ਹੁੰਦੀ, ਜਦੋਂ ਵੀਡੀਓ ਨਹੀਂ ਆਉਂਦੇ ਹੁੰਦੇ ਸੀ, ਅਸੀਂ ਕਿਹਾ ਯਾਰ ਇੱਕ ਦਿਨ ਮੈਂ ਕੁਦਰਤੀ ਸਟੂਡੀਓ ਆਇਆ, ਕੋਈ ਇੱਦਾਂ ਦਾ ਗਾਣਾ ਰਿਕਾਰਡ ਹੋ ਰਿਹਾ ਸੀ ਜੇ ਮੈਨੂੰ ਨਹੀਂ ਚੰਗਾ ਲੱਗਿਆ, ਹਾਲਾਂਕਿ ਮੈਂ ਖੁਦ ਗੀਤਕਾਰ ਹਾਂ, ਅਤੇ ਮੈਂ ਕਿਹਾ ਵੀ ਅੱਜ ਤੋਂ ਬਾਅਦ ਇੱਦਾਂ ਦੇ ਗਾਣੇ ਆਪਣੇ ਸਟੂਡੀਓ ਰਿਕਾਰਡ ਨਹੀਂ ਕਰਨੇ। ਮੈਂ ਮਿਊਜ਼ਿਕ ਡਾਇਰੈਕਟਰ ਨੂੰ ਵੀ ਕਿਹਾ, ਸਾਡੇ ਰਿਕਾਰਡਿਸਟ ਨੂੰ ਵੀ ਕਿਹਾ, ਅਸੀਂ ਕਹਿ ਵੀ ਦਿੱਤਾ, ਅਖਬਾਰ 'ਚ ਵੀ ਆ ਗਿਆ, ਜਾਂ ਕਿਸੇ ਅਖਬਾਰ 'ਚ ਆ ਗਿਆ ਕਿ ਜਨਰਲ ਕਮਾਂਡ ਦੇ ਸਟੂਡੀਓ ਜੀ ਇੱਦਾਂ ਦੇ ਗਾਣੇ ਰਿਕਾਰਡ ਨਹੀਂ ਹੋਣਗੇ। ਤਾਂ ਥੋੜ੍ਹੇ ਮਹੀਨਿਆਂ ਬਾਅਦ ਜੀ ਇੱਕ ਕੈਸਟ ਰਿਲੀਜ਼ ਹੋਈ, ਉਹਦੇ ਉੱਤੇ ਸਟੂਡੀਓ ਦਾ ਨਾਮ ਪਾਇਆ, ਸਾਡੇ ਸਟੂਡੀਓ ਨਾਮ ਪਾਇਆ। ਮੈਨੂੰ ਪ੍ਰੈਸ ਰਿਪੋਰਟਰ ਨੇ ਆ ਕੇ ਪੁੱਛਿਆ, ਕਹਿੰਦੇ ਜੀ ਤੁਸੀਂ ਤਾਂ ਕਹਿੰਦੇ ਸੀ ਸਾਡੇ ਸਟੂਡੀਓ ਇੱਦਾਂ ਦੇ ਗਾਣੇ ਰਿਕਾਰਡ ਨਹੀਂ ਹੋਣੇ।
ਮੈਂ ਸਾਡੀ ਟੀਮ ਨੂੰ ਪੁੱਛਿਆ, ਕਹਿੰਦੇ ਗਾਣਾ ਰਿਕਾਰਡ ਨਹੀਂ ਹੋਇਆ, ਉਹ ਚੋਰ ਮੋਰੀ ਦੀ ਮੈਂ ਗੱਲ ਕਰਦਾ, ਉਹ ਜਾ ਕੇ ਕਿਸੇ ਹੋਰ ਸਟੂਡੀਓ ਆਵਾਜ਼ ਰੱਬ ਕਰ ਲਈ, ਟਰੈਕ ਉੱਥੇ ਕੁਛ ਹੋਰ ਬੋਲ ਗਏ, ਮਤਲਬ ਇਹ ਚੋਰ ਮੋਰੀਆਂ ਨੂੰ ਵੀ ਦੇਖਣਾ ਪਊਗਾ ਕਿ ਇਹ ਬੰਦੇ ਬਾਹਰਲੇ ਮੁਲਕ ਤੋਂ ਗਾਣਾ ਰਿਕਾਰਡ ਕਰਕੇ ਅਪਲੋਡ ਕਰਦੇ ਹੈ। ਉਹਨਾਂ ਦਾ ਸਿੱਧਾ ਤਰੀਕਾ ਇਹੀ ਹੈ ਕਿ ਜਿੱਥੇ ਪਬਲਿਕ ਪਲੇਸ 'ਤੇ ਗਾਣਾ ਵੱਜਣਾ ਅਤੇ ਜਾਂਦੇ ਹਨ। ਇੱਕ ਆਖਰੀ ਮਿੰਟ ਇਹੀ ਸਵਾਲ ਮੈਂ ਪੁੱਛਣਾ ਚਾਹਾਂਗਾ ਕੀ ਆਸ ਹੁਣ ਹੈਗੀ ਹੈ ਕਿ ਪੰਜਾਬੀ ਸੰਗੀਤ ਜਿਹੜਾ ਹੈਗਾ ਹੈ ਕਦੋਂ ਅਤੇ ਕਿਵੇਂ ਜਿਹੜਾ ਹੈਗਾ ਉਹ ਜਲਦੀ ਬਦਲ? ਬਹੁਤ ਵੱਡੀ ਆਸ ਹੈ, ਮੈਨੂੰ ਬਹੁਤ ਵੱਡੀ ਆਸ ਹੈ। ਪੰਜਾਬੀ ਸੰਗੀਤ ਨੂੰ ਕੋਈ ਖਤਰਾ ਨਹੀਂ, ਨਾ ਕਦੇ ਸੀ, ਜਿਹੜੀ ਲੱਚਰਗਾਈ ਕਲਾਕਾਰ ਡਰ ਗਏ, ਬਸ ਇੰਨਾ ਹੀ ਬਹੁਤ ਹੈ ਮੇਰਾ ਖਿਆਲ ਹੈ। ਮੇਰੇ ਭਰਾ ਨੇ, ਮੇਰੇ ਛੋਟੇ ਪੁੱਤਰ ਨੇ ਅੱਗੇ ਤੋਂ ਬਹੁਤ ਧਿਆਨ ਰੱਖਣਗੇ, ਔਰ ਸਰਕਾਰਾਂ ਦਾ ਸਾਨੂੰ ਸਾਫ਼ ਕਿਹਾ ਨਵਜੋਤ ਸਿੱਧੂ ਨੇ ਵੀ ਜੇ ਸਰਕਾਰ ਦਾ ਥੋੜ੍ਹਾ ਜਿਹਾ ਡਰ ਹੋਵੇ ਨਾ ਬੱਚਿਆਂ ਨੂੰ, ਤਾਂ ਆਪੇ ਆਪ ਉਹਨਾਂ ਦਾ ਦਿਮਾਗ ਵੀ ਕਿਤੇ ਗਲਤ ਨਾ ਹੋ ਜਾਵੇ, ਦੇ ਵਿਲ ਡੂ ਐਵਰੀਥਿੰਗ। ਪੰਜਾਬੀ ਜਿਵੇਂ ਕਿਹਾ ਪੰਜਾਬੀ ਸੰਗੀਤ ਨੂੰ ਕੋਈ ਖਤਰਾ ਨਹੀਂ, ਪਰ ਜਿਵੇਂ ਪੰਜਾਬੀ ਕਲਾਕਾਰਾਂ ਨੂੰ ਖਤਰਾ ਪੈ ਰਿਹਾ, ਉਹਨਾਂ ਦੇ ਉੱਤੇ ਹਮਲਾ ਹੋ ਰਿਹਾ, ਉਸਨੂੰ ਆਪਾਂ ਕਿਵੇਂ ਦੇਖਦੇ? ਨਹੀਂ ਨਹੀਂ ਕੋਈ ਪੰਜਾਬੀ ਭਾਵੇਂ ਕੋਈ ਨਵੀਂ ਪਾਉਣ ਦਾ ਪੁਰਾਣੀ ਪਾਉਣ ਦਾ ਕੋਈ ਖਤਰੇ ਵਾਲੀ ਗੱਲ ਨਹੀਂ। ਉਹ ਐਵੇਂ ਜੇ ਕੋਈ ਉਹਨੂੰ ਥ੍ਰੈਟ ਕਰਦਾ ਕਿ ਕੋਰਟ 'ਚ ਜਾਂਦਾ, ਮੈਂ ਉਹਨੂੰ ਬਹੁਤ ਹੀ ਚੰਗੀ ਗੱਲ ਨਹੀਂ ਸਮਝਦਾ। ਮੈਂ ਸਮਝਦਾ ਵੀ ਪੰਜਾਬੀ ਸੰਗੀਤ ਨੇ ਦੁਨੀਆ ਭਰ 'ਚ ਪੰਜਾਬੀਅਤ ਦੀ ਜਿਹੜੀ ਸਰਦਾਰੀ ਹੈ ਨਾ, ਉਹਦਾ ਸਿੱਕਾ ਜਮਾਇਆ। ਭਾਵੇਂ ਛੋਟੀ ਗੱਲ ਲੱਗਦੀ ਹੈ, ਵਿਦੇਸ਼ਾਂ 'ਚ ਜਾਂਦੇ ਹਾਂ, ਅਸੀਂ ਵੀ ਜਾਂਦੇ ਹਾਂ, ਜਦੋਂ ਗੋਰੇ ਨੱਚਦੇ ਨੇ, ਸਾਡੇ ਮਿਊਜ਼ਿਕ ਨੂੰ ਲਵ ਕਰਦੇ ਨੇ, ਭੰਗੜਾ ਪਾਉਂਦੇ ਨੇ, ਤੇ ਉਹ ਕਿੰਨੀ ਦੂਰ ਗੱਲ ਜਾਂਦੀ ਹੈ। ਹਰ ਸੀਰੀਅਲ 'ਚ ਬੰਬੇ ਦੇ ਸੀਰੀਅਲ ਸ਼ੂਟ ਵਾਲਦੇ ਆ ਪੰਜਾਬੀ ਦੇ, ਸਾਨੂੰ ਚਲੋ ਜਾਂਦੇ ਨੇ ਆਖਰੀ ਮਿੰਟ ਤੇ ਜਾਂਦੇ ਨੇ ਸਰਦਾਰੀ ਜਿਹੜੀ ਆ ਉਹ ਕਰਕੇ ਆਪਾਂ ਇਸ ਪ੍ਰੋਗਰਾਮ ਦੇ ਸਾਨੂੰ ਬਿਲਕੁਲ ਲਾਸਟ ਕਿ ਸਾਨੂੰ ਇੰਨਾ ਮਤਲਬ ਘਬਰਾਉਣ ਦੀ ਲੋੜ ਨਹੀਂ, ਦਾਲ ਕੁਛ ਨਹੀਂ, ਸਭ ਠੀਕ ਹੈ, ਉਹ ਥੋੜੇ ਜਿਹਾ ਕੋਕੜੂ ਚੁੱਕ ਕੇ ਦਾਲ ਸਵਾਦ ਲਈ, ਸਭ ਠੀਕ ਹੈ, ਸਭ ਠੀਕ ਹੈ, ਸਾਡੀ ਸਰਦਾਰੀਆਂ ਸਭ ਠੀਕ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਚਰਚਾ ਦੇ ਵਿੱਚ ਸਾਰੇ ਜੁੜੇ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਦਿੰਦੇ ਆਪਾਂ ਬੜਾ ਜਿਹੜਾ ਚੈਨਲ ਤੇ ਤੁਹਾਡੇ ਅਸੀਂ ਬਹੁਤ ਧੰਨਵਾਦ ਕਿ ਤੁਸੀਂ ਥੈਂਕਸ, ਬਹੁਤ ਅੱਛਾ ਟੌਪਿਕ ਛੂਆ ਬੱਚੇ। ਸਮਾਰਟ ਤਲੋਚਨ ਜੀ, ਜਰਨੈਲ ਕੁਮਾਰ ਜੀ, ਪਾਣੀ ਕਿੱਥੋਂ ਆਸਟ੍ਰੇਲੀਆ ਤੋਂ ਗੁੰਮ ਹੋ ਗਈ ਜਵਾਨੀ ਉੱਠ ਕੇ ਆ ਗਈ ਹੈ, ਸਾਡੀ ਸੁੱਖੀ ਭੈਣ, ਸਾਡੀ ਸੱਭਿਆਚਾਰ ਦੀ ਮਾਨਮਤੀ ਧੀ। ਤੇ ਜਾਂਦਿਆਂ ਜਾਂਦਿਆਂ ਗਗ ਜੀ ਨੇ ਕਿਹਾ ਕਿ ਸਰਦਾਰੀ ਦੀ ਗੱਲ ਕਰੀਏ। ਸਿਰਾਂ ਉੱਤੇ ਪੱਗਾਂ ਬੰਨ ਬੜਾ ਜੱਚਦੇ ਹੋ ਗੱਭਰੂ ਜਵਾਨ ਮੇਲਿਆਂ 'ਚ ਨੱਚਦੇ, ਸਿਰਾਂ ਉੱਤੇ ਪੱਗਾਂ ਬੰਨ ਬੜਾ ਜੱਚਦੇ ਹੋ ਗੱਭਰੂ ਜਵਾਨ ਮੇਲਿਆਂ 'ਚ ਨੱਚਦੇ, ਵੱਖੋ ਵੱਖ ਰੰਗਾਂ ਵਿੱਚ ਰੰਗੀ ਦੁਨੀਆ, ਅਸੀਂ ਆਪਣੇ ਹੀ ਰੰਗ ਵਿੱਚ ਰੰਗ ਜਾਈਦਾ, ਸਾਡੀ ਸਰਦਾਰੀ ਦੀਆਂ ਹੁੰਦੀਆਂ ਨੇ ਗੱਲਾਂ, ਤੁਹਾਡੀ ਸਰਦਾਰੀ ਦੀਆਂ ਹੁੰਦੀਆਂ ਨੇ ਗੱਲਾਂ, ਅਸੀਂ ਜਿੱਧਰੋਂ ਵੀ ਇੱਕ ਵਾਰੀ ਲੰਘ ਜਾਈਦਾ, ਓਏ ਸਾਡੀ ਸਰਦਾਰੀ ਦੀਆਂ ਹੁੰਦੀਆਂ ਨੇ ਗੱਲਾਂ, ਅਸੀਂ ਜਿੱਧਰੋਂ ਵੀ ਇੱਕ ਵਾਰੀ ਲੰਘ ਜਾਈਦਾ। ਬਹੁਤ ਬਹੁਤ ਤੁਹਾਡਾ ਸਾਰਾ ਧੰਨਵਾਦ, ਅਸੀਂ ਵੀ ਆਸ ਕਰਦੇ ਹਾਂ ਕਿ ਸਾਡੇ ਪੰਜਾਬੀ ਵਿਰਸੇ ਦੀ, ਸਾਡੇ ਪੰਜਾਬੀ ਸੰਗੀਤ ਦੀ ਸਰਦਾਰੀ ਦੀ ਗੱਲਾਂ ਜਿਹੜੀਆਂ ਹੈਗੀਆਂ ਉਹ ਵੀ ਇੱਦਾਂ ਹੀ ਚੱਲਦੀਆਂ ਰਹਿਣ, ਅਤੇ ਜਿਹੜੀ ਇਹ ਪੰਜਾਬੀ ਸੰਗੀਤ ਦੇ ਵਿੱਚ ਉਹ ਇਹ ਹਲਚਲ ਆਈ ਹੈ ਉਹ ਜਲਦੀ ਠੀਕ ਹੋਵੇ। ਪੰਜਾਬੀ ਜਿੰਦਾਬਾਦ, ਪੰਜਾਬੀ ਵਿਰਸਾ ਜਿੰਦਾਬਾਦ ਹੈ, ਸੀਤ ਰਹੇਗਾ, ਕੋਈ ਖਤਰਾ ਨਹੀਂ। ਮਿਹਰਬਾਨੀ।